ਜੀ ਅੱਜਕਲ بڑے ਭੜੇ ਰਿਵਾਜ ਹੋ ਗਏ ਨੇ ਨਾ ਤੇ ਕੋਈ ਕਿਸੇ ਨੂੰ ਬੁਲਾਵੇ ਤੇ ਨਾ ਕੋਈ ਆਵੇ ਨਾ ਕੋਈ ਆਵੇ ਤੇ ਨਾ ਕੋਈ ਜਾਵੇ ਬਸ ਆਪਣੇ ਖਾਓ ਤੇ ਆਪਣੇ ਪਕਾਓ ਔਰ ਰਜੋ ਔਰ ਇਤਨਾ ਕੋ ਹੋ ਜਾਂਦਾ ਵੇ ਕਿ ਔਰ ਇਤਨਾ ਡਾਕਟਰ ਦੇ ਕਹਿਣ ਦੇ باوجود ਕਿ ਡਾਕਟਰ ਨੇ ਮਨਾ ਕਰਤਾ ਸਾਰਾ ਕੁਝ ਔਰ ਫਿਰ ਉਸ ਤੋਂ ਬਾਅਦ ਪੁੱਛੀਦਾ ਕਿ ਜੀ ਅਸੀਂ ਇਹ ਚੀਜ਼ ਨਹੀਂ ਖਾਣੀ ਤੇ ਅਸੀਂ ਉਹ ਚੀਜ਼ ਨਹੀਂ ਖਾਣੀ ਤੇ ਅਸੀਂ ਇਹ ਤੇ ਖਾਣਾ ਸਾਰਾ ਕੁਝ ਤੇ ਟੇਬਲ ਨੂੰ ਸਜਾ ਲੋ ਔਰ ਖਾ ਲੋ ਔਰ ਜੀ ਫਿਰ ਕਹਿੰਦੇ ਨੇ ਜੀ ਡਾਕਟਰਾਂ ਨੇ ਮਨਾ ਕੀਤਾ ਡਾਕਟਰਾਂ ਨੇ ਕੀ ਮਨਾ ਕੀਤਾ ਅਚਾ ਡਾਕਟਰ ਮਨਾ ਵੀ ਕਰ ਦਮ ਤਾਂ ਫਿਰ ਪੁੱਛਣਗੇ ਕਿ ਡਾਕਟਰ ਸਾਹਿਬ ਅਸੀਂ ਕੀ ਖਾਈਏ ਡਾਕਟਰ ਨੇ ਕਹਿਣਾ ਜੀ ਤੁਸੀਂ ਖਾਣਾ ਕੁਛ ਨਹੀਂ ਤੁਸੀਂ ਖਾਣਾ ਛੱਡਣਾ ਤੇ ਪਰ ਚੀਜ਼ ਨੂੰ ਮੰਨੇ ਕੌਣ ਕੋਈ ਨਹੀਂ ਮੰਦਾ ਔਰ ਉਸੇ ਤਰ੍ਹਾਂ ਹੀ ਬਿਮਾਰੀਆਂ ਨੂੰ ਵਧਾਈ ਜਾਓ ਔਰ ਆਪਣੇ ਗੋਡੇ ਖਰਾਬ ਕਰ ਲੋ अपना कोलेस्ट्रॉल हाई कर लो अपना यूरिक एसिड हाई कर लो और मजे लो वो। और मैं तो कहनी हाँ कि पता नहीं उस जमाने कितने चले गए कि जरा सारा कुछ खाई हजम भी हो जाता सी, सी आजकल तो बहुत मुश्किल हो गया कि तुसी खा लवो और उस तो कोई ऐसा सीरप ना पीवो कि जिंदा तुम तो डकार ना आवे तो बस जी बड़े ही मसले मसायल ने जिंदगी दे ਉਹਦੇ ਉਹ ਜ਼ਮਾਨੇ ਨਹੀਂ ਨੇ ਸਾਡੇ ਉਹ ਜ਼ਮਾਨੇ ਸਨ ਕਿ ਅਸੀਂ ਰੱਖਨੇ ਹਾਂ ਗਰਮੀਆਂ ਦੇ ਰੋਜ਼ੇ ਸਕੂਲ ਤੋਂ ਆਣਾ ਤੇ ਰੋਜ਼ਾ ਹੀ ਨਾ ਲੰਗਣਾ